ਸਾਡੇ ਰਿਸ਼ੀ ਮੁਨੀ ਗੁਰੂਆਂ ਰਹੇ ਬਾਲਦੇ ਸਾਡੇ
परिवार स्वामी का ऋषि मुनि ने सारे ऋषि मुनि घुमा रहे बार दे आओ गुण गाओ गौ के गुमा दे गौ की महात्मा गौ जी की विशेषता गौ की सेवा करती है कृपा करके यो सुना कहने भाण के दखा दे Hey!
ਜੇ ਕਿਸੇ ਨੂੰ ਕੋਈ ਮਹਾਨ ਦੁੱਖ ਹੋਵੇ ਨਾ ਜਾਣੇ ਨਾ ਜਾਣੇ ਸਾਕਸ਼ਾਤ ਦੇਵਤਾ
ਕੁੜੀ ਕੱਢ ਦਾਂ ਵਿੱਚੋਂ गऊ माता ने अपने गऊ जो राज
बड़ी कृपा सारा संगत स्वामी सरकार महामंडलेश्वर स्वामी जी जिन्होंने बहुत चिरातों श्री चरणा च निवास है साडा साडा आहो हाल समझदे आ ते नाथ स्वामी जी ब्रह्मानंद जी महाराज सुखदेव स्वामी जी का स्वरूप साक्षात जदी बुद्धि मेल मूर्ति महामंडलेश्वर स्वामी निरंजनदेव जी महाराज गौशाला ग्रंथ सिंह महाराज जिन्हां ने जिन्हां की मेहर जिन्हां की कृपा दृष्टि सरकार 1100 के लगभग होवा राज स्थान जिथे तक नहीं मिलते जिथे हरा नहीं दिखता सारे गगन जी जो थम बन के सेवा कर रहे हैं गौशाला की मान साहिब साहब सरदार गगन जी सिंह स्वामी के आनंद सेवक सानू मानते हैं स्वामी जी का मंच के उत्ते स्वागत प्रसन्न होने की है मान साहब वाले स्वामी जी जो इन्हों ने संगत आई गगन जी होना साधु का धन्यवाद किया है आपके हाथ बड़ी कृपा की संगत ने सारे प्रधान साहब सकत्र साहब कल्याण जी साहब जिन्हें भी होंगे दस साहबान ने सारे इस वालों धन्यवाद है भी थोड़े बड़े भाग ने जाके मस्तक भाग से सेवा लाया ताकि पूर्ण आस दिन साथ संग पाया सारी संगत का धन्यवाद स्वामी का बारंबार सारी संगत को दिया है स्वागतम सारे कमेटी मेंबर ने जो गौशाला बाबा महेश मुनि जी गौशाला प्रबंधक कमेटी सारे ही लोगों का सहयोग प्रधान साहब जी सानू कमेटी वालों 500 रुपया मान दे के गए प्रधान साहब के इस तरह आप जी सेवा बनी रहे स्वामी जी के दर्शन करो ऐसा ही होना चाहिए साधु का सत्कार हर के भेजे साधुओं में आन करानू पागल देश का नारा की धर्म पुत्र ने कंधे पर
चंगे भाई प्रभाव संधि का है, मामले की संधि का
ਨੌਵੇਂ ਪਾਤਸ਼ਾਹ ਦੇ ਸ਼ਲੋਕ ਹੀ ਸੁਣ ਲਏ ਜਾਣ ਤਾਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਪਾਠ ਲਿਆ ਕਰਦੇ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੇ ਦਰਸ਼ਨ ਆਪਾਂ ਕਰ ਰਹੇ ਹਾਂ ਸ਼ਾਸਤਰਾਂ ਦੇ ਵੱਡੀ ਮਾਨਤਾ ਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਵੱਡੀ ਮਾਨਤਾ ਦੇ ਕੇ ਕਹਿੰਦੇ ਸਾਧੂ ਵਾਲੇ ਪਾਸੇ ਤੋਂ ਦਰਸ਼ਨ ਹੋ ਗਏ ਸੇਵਾ ਵਾਲੀ ਮਾਤਾ ਜੋ ਆਪਣੀ ਕੀ ਹੈ ਸੰਤ ਦਾ ਦਰਸ਼ਨ ਪੂਰਨ ਇਸ਼ਨਾਨ ਪੂਰੀ ਪ੍ਰਕਿਰਤੀ ਦੇ ਤੀਰ ਦਾ ਇਸ਼ਨਾਨ ਹੋ ਗਿਆ ਤੁਹਾਡਾ ਕੀ ਰੱਖਣ ਇੱਕ ਬਾਤ ਹੋ ਗਿਆ ਸ਼ਾਸਤਰ ਦੀ ਉਹ ਇਹ ਹੈ ਆਪਣੀ ਮਾਂ ਨੂੰ ਆਪਣੀ ਜਨਨੀ ਨੂੰ ਦੇ ਸ਼ਬਦਾਂ ਨਾਲ ਵੀ ਖੁਸ਼ ਕਰ ਲਿਆ ਜਾਵੇ ਸੇਵਾ ਦਾ ਗੁਰ ਵੱਖਰੀ ਹੈ ਕਿਉਂ ਕਿਹਾ ਜਾਵੇ ਮਾਂ ਆ ਬੇਟੇ ਮੈਂ ਸ਼ਹਿਰ ਚੱਲਿਆ ਕੋਈ ਵਸਤੂ ਦੀ ਇੱਛਾ ਹੋਵੇ ਕੋਈ ਮੁਰੱਖਾ ਕੋਈ ਫਲ ਛੱਡਣਾ ਹੋਵੇ ਬਸ ਮਾਂ ਨੇ ਛੱਡਣਾ ਹੋਵੇ ਚਾਹੇ ਨਾ ਛੱਡਣਾ ਹੋਵੇ ਮਾਂ ਹੀ ਨਹੀਂ ਬਾਪੂ ਬਾਪ ਹੋਰ ਕੋਈ ਨਹੀਂ ਨਿਹਾਲ ਨਿਹਾਲ ਕੋਈ ਮੇਰਾ ਪੁੱਤਰ ਕਿੱਡਾ ਲਾਏਗਾ ਮੈਨੂੰ ਮੇਰੀ ਸੇਵਾ ਪੁੱਛਦਾ ਸ਼ਾਸਤਰ ਕਹਿੰਦੇ ਸਾਰੀ ਪ੍ਰਿਥਵੀ ਦੀ ਪੂਜਾ ਹੋ ਗਈ ਮਾਂ ਤੋਂ ਬਸ ਇੰਨਾ ਚਿੰਤਾ ਪ੍ਰੀਣਾ ਦੀ ਮਾਂ ਪਰਮਜੇਰ ਪ੍ਰਿਥਵੀ ਤੇਰ ਪੂਜਦਾ ਸਾਰੀ ਪ੍ਰਿਥਵੀ ਪੂਜੀ ਸਾਧੂ ਦਾ ਫਿਰ ਪ੍ਰਦਰਸ਼ਨ ਹੋ ਜਾਏ ਸਾਰੀ ਪ੍ਰਿਥਵੀ ਦੇ ਤੀਰਥਾਂ ਦਾ ਫਲ ਮਿਲ ਗਿਆ ਕਰੋੜਾਂ ਤੀਰਥਾਂ ਦਾ ਸਾਧੂ ਦਰਸ਼ਨ ਮਾਤਰੇ ਤੀਰਥ ਕੋਟੀ ਫਲ ਦੇ ਅੱਜ ਆਪਾਂ ਨੂੰ ਸਹਿਜੀ ਪ੍ਰਾਪਤ ਹੋ ਰਿਹਾ ਸਵਾਮੀ ਮਹਾਮਲੇਸ਼ਵਰ ਗਿਆਨੇਸ਼ਵਰ ਗਿਆਨ ਦੀ ਮੂਰਤੀ ਸਵਾਮੀ ਨਰਿੰਦਰ ਦੇਵ ਜੀ ਮਹਾਰਾਜ ਨਾਲ ਵਿਰਕਤ ਮੂਰਤੀ ਸਵਾਮੀ ਬ੍ਰਹਮਾਨੰਦ ਜੀ ਮਹਾਰਾਜ ਰਿਸ਼ੀਆਂ ਮੁਨੀਆਂ ਦੇ ਉਹ ਸੁਪਨਿਆਂ ਦੇ ਵੀ ਸਤਿਯੁਗ ਵਿੱਚ ਤ੍ਰੇਤਾ ਵਿੱਚ ਦੁਆਪਰ ਵਿੱਚ ਉਹ ਵਿਚਰਿਆ ਕਰਦੇ ਆ ਸਾਧੂ ਦੇ ਮੰਡਲੀਆਂ ਅੱਜ ਵੀ ਵਿਚਰਦੀਆਂ ਨਹੀਂ ਆਪਣੀ ਨਗਰੀ 'ਚ ਵਿਚਰ ਕੇ ਆਏ ਗਏ ਆਹ ਦੇਖੋ ਦਰਸ਼ਨ ਵਿਰੂਪ ਮੂਰਤੀ ਬ੍ਰਹਮ ਵਿਭੂਤੀ ਸੋ ਅਸੀਂ ਆਪਣੀ ਕਮਿਸ਼ਨ ਮੰਡਲੀ ਵੱਲੋਂ ਵੀ ਸਵਾਮੀ ਨੂੰ ਨਤਮਸਤਕ ਹੋ ਕੇ ਨਮਸਕਾਰ ਕਰਦੇ ਹਾਂ 13 ਸਾਲ ਤੋਂ ਲਗਾਤਾਰ ਸਾਡੀ ਨਗਰੀ ਮਾਉਣਾ ਵਿੱਚ ਸਵਾਮੀ ਜੀ ਚਰਨ ਪਾਉਂਦੇ ਨੇ ਸਾਨੂੰ ਜੋੜ ਦਿੱਤਾ ਨਾਸਤਕ ਬੰਦਿਆਂ ਨੂੰ ਜੋੜਤਾ ਮਹਾਰਾਜ ਨੇ ਜੀ ਕਿਰਪਾ ਕੀਤੀ ਸਾਡੀ ਨਗਰੀ ਪਿੱਛੇ ਦੇ ਜਦੋਂ ਸਵਾਗਤ ਕਰਦੇ ਹਾਂ ਟਰੱਕ ਟਰੱਕ ਜਦੋਂ ਤੱਕ ਜਦੋਂ ਸਵਾਮੀ ਜੀ ਚੱਲਦਾ 8 ਟਰੱਕ ਪੂਜੀ ਦੇ ਇਹਨਾਂ ਦੀ ਕਿਰਪਾ ਦਾ ਸਵਾਗਤ ਕਰਦੇ ਨੇ ਚਾਰ ਸਿਆ ਮਾਉਣਾ ਸੀ ਕਣਕ ਦੇਣੀ ਅਸੀਂ ਬੀਜੇ ਹੋਏ ਸਾਡੀ ਰੁਟੀਨ ਬਣ ਗਈ ਸਾਰਾ ਸੁਭਾਅ ਬਣ ਗਿਆ ਮਹਾਰਾਜ ਜੀ ਚਰਨ ਪਿੱਛੇ ਇਹ ਸਿਰਫ ਪਹਿਲਾਂ ਸਾਨੂੰ ਜੋ ਸਵਾਮੀ ਨੂੰ ਬੇਨਤੀ ਕਰੀ ਸੁਣਿਓ ਸਾਨੂੰ ਦਰਸ਼ਨ ਜੀ ਮਹਾਰਾਜ ਨੂੰ ਤਾਂ ਕਿਸੇ ਨਮਸਕਾਰ ਨਹੀਂ ਕਰਨੀ ਪਰ ਇਹਨਾਂ ਦਾ ਤਪੋਵਾਰ ਇਹਨਾਂ ਦਾ ਸੇਵਾ ਮਹਾਰਾਜ ਕਹਿੰਦੇ ਇਹ ਬਾਤ ਪਰਵਾਹ ਨਾ ਕਰਿਓ ਭਗਵਾਨ ਕ੍ਰਿਸ਼ਨ ਦੀ ਕਿਰਪਾ ਚਾਹੀਦੀ ਹੈ ਗੁਰੂ ਨਾਨਕ ਦੀ ਕਿਰਪਾ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਾਫਿਆ ਸਮੇਂ ਤੋਂ ਜਿਹੜੇ ਸਾਨੂੰ ਨੂੰ ਕਰਦੇ ਨੇ ਮਹਾਰਾਜ ਪੜ੍ਹਾਉਂਦੇ ਨੇ ਜਾਂ ਸੁਣਾਉਂਦੇ ਨੇ ਵੇਦਾਂ ਨਾਲ ਮਿਲਾਨ ਕਰਕੇ ਇਹ ਪਤਾ ਲੱਗਦਾ ਵੀ ਕਥਾ ਤੱਕ ਕਥਾ ਹੁੰਦੀ ਕੀ ਹੈ ਆਪੋ ਸਵਾਮੀ ਮਹਾਰਾਜ ਕੀ ਜੈ ਮੈਂ ਇਹਨਾਂ ਦੇ ਸ਼੍ਰੀ ਮੁਕਦੇ ਇਹਨਾਂ ਦੇ ਦਰਸ਼ਨ ਕਰਦਾ ਹੈ ਇਹਨਾਂ ਦੀ ਬੜੇ ਨਹੀਂ ਜ਼ਿਆਦਾ ਕਰਦਾ ਮੈਂ ਕਿਹਾ ਬੜੇ ਪੂਰੀ ਹੋਣੀ ਤਾਂ ਪੂਰੀ ਬੜੇ ਨਾ ਹੋਵੇ ਫਿਰ ਉਹ ਨਿੰਦਰੀ ਹੋ ਜਾਂਦੀ ਹੈ ਇਸ ਕਰਕੇ ਆਪ ਨੂੰ ਵਧਾਈ ਜਾਏ ਆਪ ਜੀ ਨਗਰੀ ਵਿੱਚ ਇੱਕ ਗੱਲ ਮੈਂ ਕਹਿੰਦਾ ਸਵਾਮੀ ਜੀ ਦਾ ਠੀਕ ਲੱਗ ਗਿਆ ਇਸ ਕੰਮ ਨੂੰ ਸੁਨਾਮ ਦੇ ਗੋਰੇ ਵਾਲੀ ਸਵਾਮੀ ਹੈ ਜੇ ਅਸੀਂ ਜਦੋਂ ਗੱਲ ਕਰਦਾ ਮਹਾਰਾਜ ਮੈਂ ਗੁਜਰਾਨਾ ਵਾਲਾ ਸਵਾਮੀ ਮਹਾਰਾਜ ਕਿਤੇ ਲੋਕ ਨਾਲ ਜਾ ਕੇ ਸੇਵਕਾਂ ਦੇ ਬਸ ਹੋ ਕੇ ਐਵੇਂ ਬੈਠੇ ਹੋ ਔਖੇ ਹੁੰਦੇ ਹੋ ਮਾਨਸਿਕ ਤੌਰ ਤੇ ਵੀ ਇੱਥੇ ਆਪਦਾ ਮਨ ਲੰਘ ਗਿਆ ਸਵਾਮੀ ਜੀ ਕਹਿੰਦੇ ਜਿੰਨਾ ਮਨ ਤਪੱਸਿਆ ਕਰਨ ਵੇਲੇ ਬਸ ਤਪੋ ਵੱਲ ਦੇ ਉੱਤੇ ਲੱਗਦਾ ਨਾ ਉਹਨਾਂ ਸਮਾਪਤ ਕਰਨ ਦਾ ਮਨ ਲੱਗਿਆ ਹੋਇਆ ਆਪੋ ਗੋਰੇ ਵਾਲੇ ਸਵਾਮੀ ਜੀ ਮਹਾਰਾਜ ਕੀ ਜੈ ਸੋ ਆਨੰਦ ਲਈ ਆਪਾਂ ਭਗਵਾਨ ਜੀ ਲੈ ਕੇ ਕੌਰਵਾਂ ਦੇ ਬਾਦਲਾਂ ਦੀ ਸੰਧੀ ਦਾ ਪ੍ਰਸਤਾਵ ਆਪਾਂ ਮਹਾਂਭਾਰਤ ਦੀ ਕਥਾ ਇੱਕ ਸ਼ਬਦ ਰਾਹੀਂ ਪੂਰੀ ਕਰਕੇ ਸੰਪੂਰਨ ਕਰਕੇ ਆਪਾਂ ਸਵਾਮੀ ਜੀ ਨੇ ਜਿਹੜੇ ਬਚਨ ਕੀਤੇ ਉਹ ਪੂਰੇ ਕਰਾ ਲਏ ਰਹਿੰਦੇ ਸਮੇਂ ਆਪਣੇ ਦੁਰਯੋਧਨ ਕਰ ਗਿਆ ਜਦੋਂ ਆਪਣਾ ਪਰਮਾਤਮਾ ਭਗਵਾਨ ਦੁਰਯੋਧਨ ਕਰ ਗਿਆ ਘੋੜਸ਼ਾਲਾ ਵੱਲ ਨੂੰ ਚੱਲ ਪਿਆ ਤੁਰ ਗਿਆ ਹੰਕਾਰੀ ਘੋੜਸ਼ਾਲਾ ਵਿੱਚ ਜੀ ਕਰੇ ਆਇਆ ਰੱਬ ਸਮਝਿਆ ਵਿੱਚ ਜੀ ਪ੍ਰੇਮ ਦੀ ਮੂਰਤੀ ਪੁੱਛੋ ਕਿਧਰ ਉਦਾਸੀ ਸੁਦਾ ਕ੍ਰਿਸ਼ਨ ਘਰ ਦਿਸ ਜਾਏ ਕ੍ਰਿਸ਼ਨ ਜੀ ਨਗਰ ਰਾਤਰ ਦੀ ਪੂਜਿਆ ਦੇ ਸਾਹਮਣੇ ਜਾ ਰੱਖਿਆ ਫਿਰ ਉੱਥੇ ਮੈਂ ਸੰਖੇਪ ਉਹ ਵੀ ਸੰਖੇਪ ਜਾ ਰਿਹਾ ਉੱਥੇ ਰੁਕ ਕੇ
Thank you.
ਆਦਮੀ ਸੀ ਤੂੰ ਮੇਰੇ ਮਿੱਤਰੀ ਸੀ ਫਿਰ ਮੈਂ ਤੇਰਾ ਭੋਜਨ ਕਿਵੇਂ ਸਵੀਕਾਰ ਕਰਦਾ ਪ੍ਰੇਮ ਬਿਨਾ ਮੈਂ ਆਉਂਦਾ ਨਹੀਂ ਦੇਖਾਂ ਭਰਾ ਭਗਵਾਨ ਜੀ ਪ੍ਰੇਮ ਦੇ ਬਾਣ ਦਾ ਸੰਬੋਧਨ ਹੈ ਕੀ ਸੁਣਦੇ ਹੋ ਮਨ ਇੱਕ ਤੋਂ ਸਿੱਖ ਤੋਂ ਪ੍ਰੇਮ ਕਰਨਾ ਨਹੀਂ
शहर कौन गाउंदा तू तो गाउंदा नहीं तू तो गाउंदा नहीं भाई प्रेम बिना मैं आउंदा नहीं मैं आउंदा नहीं मैं आउंदा नहीं तुमरो भूल बिदर को पानो अमृत करना है मान्या फिर कहने दुनिया को साझा हूं करे कहने हूं हम कर रहे हैं मैं मेरे नाल मौका दिता सी तै मेरे नाल लड़ाई ना कर दोषिया तै मेरे नाल राज सिद्धि करी मैं बाबा साहब मेरे पास
ਇਹਦਾ ਚਾਰ ਪੰਜ ਪ੍ਰਕਾਰ ਦੀ ਮੁਕਤੀ ਨੂੰ ਠੋਕਰ ਮਾਰ ਗਿਆ ਪੁੱਛ ਕੇ ਵੇਖਿਆ ਮੁਕਤੀ ਦੀ ਮਾਤਾ ਚ ਅੱਜ ਸਵਾਰੀ ਮਿਲਦਾ ਫਟਾਫਟ ਸਵਾਰੀ ਲੈ ਕੇ ਜਾਵਾਂ ਭਗਵਾਨ ਦੁਆਰਾ ਸ਼੍ਰੀ ਕ੍ਰਿਸ਼ਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕਰਦੇ ਨੇ ਇਹਨੇ ਚ ਮੋਗਲ ਬਣ ਗਏ ਪਠਾਣੀ ਵਾਲੀ ਪਗੜੀ ਉੱਚਾ ਲੰਮਾ ਸਾਮਰਾਜਾ ਕਰ ਲਿਆ ਹੱਥ ਹਾਂ ਲੈ ਕੇ ਘੋੜੀ ਆਉਂਦੇ ਭਜਾਈ ਨਾ ਵੇਖੇ ਲਗਵਾ ਮੁੜ ਕੇ ਦੇਖਦੀ ਸੀ ਕਿ ਹੁਣ ਆਇਆ ਕੋਈ ਵਿਖਾਉਣ ਵਾਲਾ ਹੁਣ ਆਇਆ ਉਧਰੋਂ ਮੁਗਲ ਸਾਹਿਬ ਮਾਰਗਾ ਵਾਲੇ ਆਉਂਦੇ ਨੇ ਘੋੜੀ ਲੈ ਆਉਂਦੇ ਨੇ ਮੁਗਲ ਵੀ ਸਾਂਵਰਾ ਘੋੜੀ ਵੀ ਸਾਂਵਰੀ ਆਉਂਦੇ ਨੇ ਜਦੋਂ ਨਾਮ ਦੇਵੇ ਕਹਿੰਦਾ ਵੀ ਹੋ ਘੋੜੀ ਵਾਲਾ ਆ ਗਿਆ ਬਣ ਗਿਆ ਕੰਮ ਵੇ ਇਹ ਵੀ ਆ ਰਿਹਾ ਹੈ ਤਾਂ ਮੁਸਲਮਾਨ ਆਪਾਂ ਹਿੰਦੂਆਂ ਪਰ ਆ ਜਾਂਦੇ ਬਰਾਬਰ ਬੇਨਤੀ ਕਰਾਂਗੇ ਸ਼ਾਇਦ ਲੰਘ ਲਈ ਮੁਗਲ ਸਾਹਿਬ ਨੇ ਉਤਸ਼ਾਹ ਲਾਇਆ ਤਾਂ ਮਰੋ ਵੀ ਕੋਈ ਜਾ ਕੇ ਕਰ ਲਈ ਨੇ ਮੁਗਲ ਸਾਹਿਬ ਨੇ ਘੋੜੀ ਬਰਾਬਰ ਹੋ ਵੀ ਨਾਮ ਦੇ ਖੁਸ਼ ਹੋ ਗਿਆ ਕਹਿੰਦਾ ਬਰੰਦਈ ਵਾਲਾ ਆ ਗਿਆ ਐਵੇਂ ਫਿਕਰ ਪਿਆ ਜਾਂਦਾ ਸੀ ਬੇਨਤੀ ਕਰਨ ਨੂੰ ਫਿਰਦਾ ਸੀ ਬੇਨਤੀ ਕਰਨੀ ਵੀ ਨਹੀਂ ਇਹਨਾਂ ਤੈਨੂੰ ਹੁਣ ਰੁਕ ਗਿਆ ਤੈਨੂੰ ਬਿਠਾਊਗਾ ਨਾਮ ਦੇ ਬਾਰੇ ਬੈਠਣ ਬਿਠਾਉਣ ਦੀ ਸੋਚਦਾ ਘੋੜੀ ਦਾ ਉੱਪਰ ਦਾ ਸਕੂਲ ਕਿਉਂ ਕਈ ਘੋੜੀ ਇਹਦਾ ਵਿਸ਼ੇਰਾ ਦੇਣਾ ਪਰ ਰੋ ਕੇ ਉਹਨੂੰ ਮਰਨ ਘੋੜੀ ਦਾ ਵਿਸ਼ੇਰਾ ਦੇਣਾ ਮੁਗਲ ਸਾਹਿਬ ਹੇਠਾਂ ਉੱਤੇ ਖਿੜਕੀ ਦਿਖਾ ਦੇ ਜਿਵੇਂ ਭਗਵਾਨ ਦਾ ਮਜ਼ਾਕ ਕਹਿੰਦਾ ਚੌਵੀ ਦਾ ਸੁਭਾਅ ਇੱਕ ਸੁਣੀ ਵਾਲਾ ਆ ਕੇ ਹਿੜਕੀ ਦੇ ਨਾਮ ਦੇ ਦੀ ਭੁਜਾ ਜਾ ਬਣ ਦੇ ਕੇ ਪ੍ਰੇਮ ਦਾ ਹਰੂ ਦਾ ਨਾਮ ਦੇ ਦੀ ਭੁਜਾ ਨੂੰ ਕਹਿੰਦੇ ਗੱਲ ਥੋੜੀ ਬਗਰਾ ਕੋਈ ਹੱਥ ਦਾ ਪੈੜਾ ਕਿਹੋ ਜਿਹਾ ਆ ਥੋੜੀ ਰੋਹੀ ਪਈ ਸੀ ਘੋੜੀ ਸੁਣਨ ਨੂੰ ਤੇਰੇ ਬਰਾਬਰ ਜਾ ਕੇ ਸੁਣਾ ਸੀ ਇਹਨੇ ਮੈਂ ਵੀ ਗੱਲ ਸੁਣ ਸਕਣਾ ਆਹ ਦੇਖ ਤੇਰੇ ਬਰਾਬਰ ਤੇ ਆ ਕੇ ਮੇਰੀ ਸੁਣੀ ਘੋੜੀ ਆਹ ਦੇਖ ਘੋੜੀ ਨੇ ਵੇਖਾ ਵਿਛੇਰਾ ਮੈਂ ਆ ਵੀਰ ਬੰਦਾ ਤੂੰ ਹੈ ਫਕੀਰ ਬੰਦਾ ਤੇਰੇ ਮੇਰੇ ਪੈਸੇ ਨੇ ਮੈਂ ਕਿਹਾ ਵਸਤਰ ਯਾਰ ਤੇ ਯਾਰ ਚੋਲਾ ਜਾ ਪੈ ਤੈਨੂੰ ਵੀ ਫਰਕ ਤੂੰ ਮੈਂ ਦੇਖੋ ਤੂੰ ਮੇਰਾ ਵਿਛੇਰ ਹੀ ਚੱਕ ਲੈ ਨਾਮ ਦੇ ਸੋਚ ਦਾ ਕਹਿੰਦਾ ਵੀਰ ਲੈ ਸਵਾਰੀ ਮੈਂ ਵੀਰ ਲੈ ਹੁਣ ਆਪਦੀ ਸਵਾਰੀ ਬਣਨਾ ਪੂਰੀ ਮੁਗਲ ਤੈਨੂੰ ਵਿਛੇਰਾ ਚੁਕਾਊਗਾ ਭਾਈ ਸਵਾਰੀ ਦਾ ਕਮੀ ਸੀ ਹੇਠਾਂ ਵਾਸਤੇ ਮਨਾਇਆ ਤਾਂ ਉੱਤੇ ਵਾਸਤੇ ਮੇਰੀ ਪਰ ਸ਼ੱਕ ਪੈ ਗਿਆ ਨਾਮ ਦੇ ਨੂੰ ਵਧੀਆ ਨੂੰ ਵਧੀਆ ਵਰਸ਼ਾਂ ਨੂੰ ਵਧੀਆ ਬਣੇ ਨੂੰ ਵਧੀਆ ਸ਼ੱਕ ਪੈਣਗੇ ਘਟਿਆ ਬਣੇ ਨੂੰ ਘਟਿਆ ਸ਼ੱਕ ਪੈਣਗੇ ਤੇ ਨਾਮ ਦਾ ਕੀ ਸ਼ੱਕ ਹੋਵੇ ਤੇਰੇ ਨੂੰ ਘਟੇ ਸ਼ੱਕ ਸੋਹੇ ਹੋ ਗਈ ਕਦੇ ਮਿੱਠੀ ਕਵਿਤਾ ਆ ਗਈ ਕਿਹੜਾ ਮਨਾ ਜਿਹੜਾ ਮਨਾ ਵਗਾਰ ਪਾਉਂਦਾ ਆਉਂਦਾ ਬੁਰਾ ਲੱਗਦਾ ਹੁੰਦਾ ਇਹ ਮੁਗਲ ਵਗਾਰ ਦੀ ਪਾਰ ਹੈ ਪਿਆਰਾ ਵੀ ਲੱਗਦਾ ਹੈ ਕਿਤੇ ਰੱਬ ਨਾ ਹੋਵੇ ਕੁਛ ਕਹਦੇ ਦੂਸਰਾ ਸ਼ੱਕ ਇੰਨੀ ਸੁੰਦਰ ਪਗੜੀ ਮਨਾ ਬੰਦਾ ਕਿਵੇਂ ਮਨ ਨੂੰ ਕਿਤੇ ਰੱਬ ਨਾ ਹੋਵੇ ਕੁਛ ਕਹਦੇ ਤੀਜਾ ਸੱਚ ਇੰਨਾ ਮਿੱਠਾ ਬੋਲੇ ਬੰਦੇ ਦਾ ਮਨਾ ਬੰਦੇ ਦਾ ਇੰਨਾ ਮਿੱਠਾ ਬੋਲੀ ਹੋ ਸਕਦਾ ਪੁੱਛ ਕੇ ਦੇਖ ਕਿਤੇ ਰਾਬੀ ਨਾ ਹੋਵੇ ਪਾਲਕਾ ਵਾਲਾ ਨਾ ਫਿਰਦਾ ਹੋਵੇ ਮੇਰੇ ਮਗਰ ਮੁਗਲ ਸਾਹਿਬ ਨੂੰ ਸ਼ਾਹ ਜੀ ਮੈਂ ਜ਼ਰੂਰ ਚੱਕੂੰਗਾ ਵਛੇਰਾ ਪਰ ਮੈਨੂੰ ਇੰਨਾ ਪਤਾ ਦੱਸ ਦਿਓ ਵਛੇਰਾ ਚੱਕ ਕੇ ਲੈ ਜਾਣਾ ਕਿ ਥੋੜ੍ਹਾ ਹੈ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਦੁਆ ਸੱਚੀ ਗੱਲ ਤੁਸੀਂ ਸੱਚੇ ਭਗਤ ਨੇ ਹੁਣ ਭਗਤ ਨੂੰ ਭਗਵਾਨ ਵਾਸਤੇ ਰੱਖ ਰਹੇ ਨੇ ਬੱਚਣ ਭਗਵਾਨ ਨੀਵੀਂ ਪਾ ਕੇ ਕਹਿੰਦੇ ਵੀ ਰਹਿਣ ਵਾਲਾ ਆਪਣਾ ਦੁਆ ਕਰ ਲਈਦਾ ਨਾਮਦੇਵ ਕਹਿੰਦਾ ਗੱਪੀਆ ਕਿਉਂ ਕਰ ਵਧੀ ਜਾਂਦਾ ਦੁਆਰਕਾ ਦੀ ਕਿੱਥੇ ਮੁਗਲ ਨੇ ਉੱਠਦਾ ਮੁਗਲਦਾ ਬੱਚਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਯਾਦ ਆ ਗਿਆ ਕਿ ਮੈਂ ਆਪਣਾ ਨਾਮ ਜਿਹੜਾ ਰੱਖਿਆ ਨਾ ਦੁਆਰਕਾ ਦੂਜੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੋ ਗਿਆ ਗੁਰੂ ਤੇਰੀ ਪਗੜੀ ਮੈਂ ਸਾਡੇ ਤੇਰੀ ਸੁੰਦਰ ਪਗੜੀ ਨੂੰ ਗੁਰੂ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ
सारी चीज होगी आनंद में हो गए।
रोज